ਮਾਮਲਾ ਦਰਜ ਹੋਇਆ ਸੀ। ਨੌਜਵਾਨਾਂ ਨੂੰ ਭੜਕਾਉਣ ਦਾ ਮਾਮਲਾ ਇਹਨਾਂ 'ਤੇ ਲੱਗਿਆ ਸੀ, ਇਲਜ਼ਾਮਾਂ 'ਤੇ ਲੱਗੇ ਸੀ ਕਿ ਨੌਜਵਾਨਾਂ ਨੂੰ ਇਹਨਾਂ ਨੇ ਭੜਕਾਇਆ ਹੈਗਾ। ਸਿੱਧੂ ਮੂਸੇਵਾਲਾ ਦੇ ਇਲਜ਼ਾਮਾਂ 'ਤੇ ਲੱਗੇ ਸੀ, ਪੇਸ਼ ਹੋਏ ਨੇ ਇਹ। ਵੱਡੀ ਖਬਰ ਲਗਾਤਾਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ, ਲੁਧਿਆਣੇ ਵੱਡੀ ਖਬਰ ਆ ਰਹੀ ਹੈ, ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖਬਰ ਹੈ। ਥਾਣੇ 'ਚ ਪੇਸ਼ ਹੋਇਆ ਸਿੱਧੂ ਮੂਸੇਵਾਲਾ, ਲੁਧਿਆਣਾ 'ਚ ਐਸ ਪੀ ਸਾਹਮਣੇ ਪੇਸ਼ ਹੋਇਆ, ਅੱਜ ਪੇਸ਼ੀ ਲਈ ਨੂੰ ਸੱਦਿਆ ਗਿਆ ਸੀ, ਪੇਸ਼ ਹੋਇਆ। ਸਿੱਧੂ ਮੂਸੇਵਾਲਾ 'ਤੇ ਮਾਮਲਾ ਦਰਜ ਹੋਇਆ ਸੀ, ਨੌਜਵਾਨਾਂ ਨੂੰ ਭੜਕਾਉਣ ਦੇ ਮਾਮਲੇ ਦੇ ਤਹਿਤ ਇਲਜ਼ਾਮਾਂ ਲੱਗੇ ਸੀ ਅਤੇ ਪੇਸ਼ੀ ਅੱਜ ਇਹਨਾਂ ਦੀ ਹੋਈ ਹੈ ਐਸ ਪੀ ਦੇ ਸਾਹਮਣੇ। ਸਿੱਧੂ ਮੂਸੇਵਾਲਾ ਪ੍ਰਸਿੱਧ ਗਾਇਕ, ਜਿਹੜੇ ਹਮੇਸ਼ਾ ਤੋਂ ਹੀ ਵਿਵਾਦਾਂ ਦੇ ਵਿੱਚ ਰਹੇ, ਮਾਏ ਭਾਗੋ ਜੀ ਦੇ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਉਹਨਾਂ ਨੇ ਵਰਤੋਂ ਕੀਤੀ ਸੀ, ਉਸ ਵੇਲੇ ਵੀ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਹੇ ਸੀ ਇਹ। ਹਾਲਾਂਕਿ ਇਹਨਾਂ ਨੇ ਮੁਆਫ਼ੀ ਵੀ ਮੰਗੀ ਸੀ, ਮੁੜ ਫਿਰ ਤੋਂ ਵਿਦੇਸ਼ਾਂ 'ਚ ਜਾ ਕੇ ਇਹਨਾਂ ਨੇ ਵਿਵਾਦਿਤ ਬਿਆਨ ਦਿੱਤਾ। ਇਹ ਤਸਵੀਰਾਂ ਵਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰਾਂ। ਗਾਇਕ ਸਿੱਧੂ ਮੂਸੇਵਾਲਾ ਥਾਣੇ 'ਚ ਪੇਸ਼ ਹੋਇਆ, ਐਸ ਪੀ ਦੇ ਸਾਹਮਣੇ ਇਹਨਾਂ ਦੀ ਪੇਸ਼ੀ ਸੀ ਅੱਜ। ਵੇਖ ਸਕਦੇ ਹੋ ਤੁਸੀਂ ਪੁਲਿਸ ਥਾਣੇ ਦਾ ਮਾਹੌਲ, ਮੀਡੀਆ ਨਾਲ ਘਿਰੇ ਨਜ਼ਰ ਆ ਰਹੇ ਨੇ ਅਤੇ ਐਸ ਪੀ ਦੇ ਦਫ਼ਤਰ ਦਾ ਮਾਹੌਲ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਿੱਧੂ ਮੂਸੇਵਾਲਾ ਜਿਹੜਾ ਗਾਇਕ ਹੈ, ਜਿਹੜਾ ਹਮੇਸ਼ਾ ਤੋਂ ਹੀ ਵਿਵਾਦੇ ਦੇ ਵਿੱਚ ਰਿਹਾ, ਉਹਨੂੰ ਸੱਦਿਆ ਗਿਆ ਸੀ ਥਾਣੇ ਦੇ ਵਿੱਚ, ਐਸ ਪੀ ਸਾਹਮਣੇ ਇਹਦੀ ਪੇਸ਼ੀ ਹੋਈ ਅੱਜ। ਨੌਜਵਾਨਾਂ ਨੂੰ ਭੜਕਾਉਣ ਦੇ ਮਾਮਲੇ ਦੇ ਤਹਿਤ ਇਹਨਾਂ ਨੂੰ ਪੇਸ਼ ਹੋਣਾ ਪਿਆ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ, ਕਈ ਵਾਰ ਵਿਵਾਦਾਂ ਦੇ ਵਿੱਚ ਰਹੇ ਨੇ, ਲਚਰ ਗਾਇਕੀ ਦੇ ਚੱਲਦਿਆਂ ਵੀ ਕਈ ਵਾਰ ਵਿਵਾਦਾਂ ਦੇ ਵਿੱਚ ਰਹੇ, ਜਿਹੜੇ ਸ਼ਬਦਾਂ ਦੀ ਇਸਤੇਮਾਲ ਇਹ ਕਰਦੇ ਨੇ ਆਪਣੇ ਗਾਣੇ ਦੇ ਵਿੱਚ, ਜਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਨੇ, ਉਸ ਤਰ੍ਹਾਂ ਹਮੇਸ਼ਾ ਇੱਕ ਹੀ ਰਹੇ ਨਜ਼ਰ ਆਏ। ਹਾਲਾਂਕਿ ਔਜਲਾ ਨੇ ਵੀ ਇਹਨਾਂ 'ਤੇ ਇਲਜ਼ਾਮਾਂ ਲਗਾਏ ਸੀ, ਜਿਸ ਤਰ੍ਹਾਂ ਦੀ ਸ਼ਬਦਾਵਲੀ ਇਹਨਾਂ ਨੇ ਵਰਤੀ ਸੀ ਗਾਣਿਆਂ ਦੇ ਵਿੱਚ। ਪਰ ਦੂਜੇ ਪਾਸੇ ਨੌਜਵਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਇਹਨਾਂ 'ਤੇ ਲੱਗਿਆ, ਜਿਸ ਦੇ ਤਹਿਤ ਲੁਧਿਆਣਾ ਦੇ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਪੁਲਿਸ ਥਾਣੇ ਦੀ, ਇਹ ਤਸਵੀਰਾਂ। ਗਾਇਕ ਸਿੱਧੂ ਮੂਸੇਵਾਲਾ ਥਾਣੇ 'ਚ ਅੱਜ ਪੇਸ਼ ਹੋਇਆ, ਐਕਸਕਲੂਸਿਵ ਤਸਵੀਰਾਂ ਲਿਵਿੰਗ ਇੰਡੀਆ ਨਿਊਜ਼ ਕੋਲ ਹੈ, ਤੁਹਾਨੂੰ ਵਿਖਾ ਰਹੇ ਹਾਂ। ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਇੱਕ ਗਾਇਕ ਜਿਹਨੂੰ ਪੇਸ਼ ਹੋਣਾ ਪਿਆ। ਇਸ ਤੋਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਿਹਾ, ਮਾਈ ਭਾਗੋ ਜੀ ਦੇ ਲਈ ਸ਼ਬਦਾਂ ਦੀ ਇਸ ਤਰ੍ਹਾਂ ਦੀ ਵਰਤੋਂ ਕੀਤੀ ਸੀ ਇਹਨੇ ਗਾਣਿਆਂ ਦੇ ਵਿੱਚ, ਉਹਦੇ ਕਰਕੇ ਵੀ ਖਾਸਾ ਘਿਰਿਆ ਨਜ਼ਰ ਆਇਆ। ਹਾਲਾਂਕਿ ਇਹਨੇ ਮੁਆਫ਼ੀ ਵੀ ਮੰਗੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ, ਉੱਥੇ ਵੀ ਮੁਆਫ਼ੀ ਮੰਗੀ ਸੀ। ਮੁੜ ਫਿਰ ਤੋਂ ਰਹਿ ਰਹਿ ਕੇ ਸ਼ਬਦਾਂ ਦੀ ਜਿਹੜੀ ਇਹਨੇ ਵਰਤੋਂ ਕੀਤੀ, ਵਿਵਾਦਾਂ ਦਾ ਕਾਰਨ ਹਮੇਸ਼ਾ ਤੋਂ ਬਣਿਆ। ਲੁਧਿਆਣਾ 'ਚ ਐਸ ਪੀ ਦਫ਼ਤਰ ਦੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਸਿੱਧੂ ਪੇਸ਼ ਹੋਇਆ। ਅਭਿਸ਼ੇਕ ਬਹਿਲ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ। ਅਭਿਸ਼ੇਕ, ਕਿਸ ਤਰ੍ਹਾਂ ਦਾ ਮਾਮਲਾ ਸੀ ਜਿਹਦੇ ਚੱਲਦਿਆਂ ਨੂੰ ਪੇਸ਼ੀ ਲਿਆਉਣਾ ਪਿਆ? ਬਿਲਕੁਲ ਜੀ, ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਸਿੱਧੂ ਮੂਸੇਵਾਲਾ ਜਿਹੜੇ ਹੈਗੇ ਨੇ ਉਹ ਲੁਧਿਆਣਾ ਦੇ ਵਿੱਚ ਆਪਣੇ ਆਤਮਨਗਰ ਥਾਣੇ ਵਿੱਚ ਅੱਜ ਪੇਸ਼ ਹੋਏ ਸੀ ਐਸ ਪੀ ਜਸ਼ਨਦੀਪ ਗਿੱਲ ਦੇ ਅੱਗੇ, ਅਤੇ ਨਾਲ ਹੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਇਹ ਜਿਹੜੇ ਪਿਛਲੇ ਰਸਤੇ ਤੋਂ ਆਏ ਸੀਗੇ, ਅਤੇ ਨਾਲ ਹੀ ਉਹਨਾਂ ਨੇ ਅੰਦਰ ਆਉਂਦੇ ਹੀ ਪਹਿਲਾਂ ਤਾਂ ਆਪਣੀ ਕੰਪਲੇਂਟ ਦਰਜ ਕਰਾਈ, ਉਹਦੇ ਵਿੱਚ ਨਿਕਲ ਕੇ ਆਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਗਾਣੇ ਹਜੇ ਰਿਕਾਰਡ ਨਹੀਂ ਹੋਇਆ ਉਹਦੇ
ਗਾਣਿਆਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਕੁਛ ਹਥਿਆਰ ਜਿਹੜੇ ਹੈਗੇ ਨੇ ਉਹ ਦਰਸਾਏ ਗਏ ਨੇ ਜਿਹੜੇ ਕਿ ਆਪਣੇ ਕਲਚਰ ਨੂੰ ਜਿਹੜੇ ਹੈਗੇ ਨੇ ਵਿਗਾੜ ਰਹੇ ਨੇ ਜੀ। ਬਿਲਕੁਲ, ਦੂਜੇ ਪਾਸੇ ਕਿੰਨੇ ਕੁ ਦੇਰ ਅੰਦਰ ਰਹੇ ਨੇ ਤੇ ਕਿੰਨੇ ਕੁ ਵਜੇ ਇਹਨਾਂ ਨੂੰ ਆਉਣਾ ਪਿਆ ਹੈਗਾ ਇੱਥੇ, ਕਿੰਨੀ ਕੁ ਦੇਰ ਇਹ ਚਰਚਾ ਰਹੀ ਹੈ ਵਿਸਥਾਰ ਦੇ ਨਾਲ? ਅੱਧੇ ਘੰਟੇ ਦਾ ਇਹ ਅੰਦਰ ਸੈਸ਼ਨ ਚੱਲਦਾ ਰਿਹਾ। ਉਸ ਤੋਂ ਬਾਅਦ ਤੁਹਾਨੂੰ ਇੱਥੇ ਦੱਸ ਦਈਏ ਕਿ ਅੰਦਰ ਜਿਹੜੇ ਕਿ ਫੋਟੋ ਸੈਸ਼ਨ ਵੀ ਚੱਲਿਆ ਜਸ਼ਨਦੀਪ ਗਿੱਲ ਦੇ, ਜਿਹੜੇ ਕਿ ਅੰਦਰ ਕਮਰੇ ਦੇ ਵਿੱਚ ਜਿਹੜਾ ਫੋਟੋ ਸੈਸ਼ਨ ਚੱਲਿਆ। ਪੁਲਿਸ ਦੇ ਇੱਕ ਬੜੇ ਵੱਡੇ ਸਵਾਲ ਜਿਹੜੇ ਪੈਦਾ ਖੜੇ ਹੁੰਦੇ ਨੇ ਕਿ ਪੁਲਿਸ ਦੇ ਦਫ਼ਤਰ ਦੇ ਵਿੱਚ ਫੋਟੋ ਸੈਸ਼ਨ ਚੱਲਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਸੀ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲਦੇ ਨੇ ਤੇ ਮਿਸਬਿਹੇਵ ਕੀਤਾ ਜਾਂਦਾ ਹੈ, ਮੀਡੀਆ ਦੇ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਹੈ। ਸਿੱਧੂ ਮੂਸੇਵਾਲਾ ਦੇ ਜਿਹੜੇ ਕਿ ਬਾਉਂਸਰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਤੇ ਨਾਲ ਪੁਲਿਸ ਦੇ ਵੱਲੋਂ ਵੀ, ਤੁਸੀਂ ਅਸੀਂ ਤੁਹਾਨੂੰ ਪਹਿਲਾਂ ਦ੍ਰਿਸ਼ ਦਿਖਾ ਚੁੱਕੇ ਹਾਂ। ਅਭਿਸ਼ੇਕ, ਤੁਸੀਂ ਨੋਟ ਕੀਤਾ ਹੋਣਾ ਐਸਪੀ ਦਫ਼ਤਰ ਦੇ ਅੰਦਰ ਲਿਖਿਆ ਹੋਇਆ ਸੀ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ, ਪਰ ਉੱਥੇ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਖੁਦ ਹੀ ਪੁਲਿਸ ਮੁਲਾਜ਼ਮ ਜਿਹੜੇ ਸੀ ਫੋਟੋਆਂ ਖਿਚਵਾਉਂਦੇ ਨਜ਼ਰ ਆਏ। ਬਿਲਕੁਲ, ਤੁਸੀਂ ਦੇਖਿਆ ਕਿ ਦਫ਼ਤਰ ਦੇ ਅੰਦਰ ਜਿਸ ਤਰ੍ਹਾਂ ਕਿ ਪਹਿਲਾਂ ਬਾਹਰ ਅੰਦਰ ਜਾਂਦੇ ਹੀ ਲਿਖਿਆ ਹੋਇਆ ਕਿ ਮੋਬਾਈਲ ਜਿਹੜੀ ਹੈ ਵਰਤੋਂ ਨਹੀਂ ਕਰਨੀ। ਉਸ ਤੋਂ ਬਾਅਦ ਅੰਦਰ ਜਾ ਕੇ ਜਿਹੜਾ ਫੋਟੋ ਸੈਸ਼ਨ ਚੱਲਦਾ ਉਹ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਇਹਨਾਂ ਦੇ ਉੱਤੇ ਖੜਾ ਕਰਦਾ ਹੈ, ਜਸ਼ਨਦੀਪ ਗਿੱਲ ਦੇ ਉੱਤੇ ਖੜੇ ਕਰਦੇ ਨੇ ਕਿ ਉਹ ਜਿਹੜੇ ਅੰਦਰ ਫੋਟੋ ਸੈਸ਼ਨ ਕਰਾ ਰਹੇ ਨੇ ਉਹ ਕੀ ਕਾਰਨ ਸੀਗਾ ਤੇ ਕਿਉਂ ਆਪਣੇ ਚਹੇਤਿਆਂ ਨੂੰ ਜਾਂ ਫਿਰ ਸਿੱਧੂ ਮੂਸੇਵਾਲਾ ਨੂੰ ਜਿਹੜੇ ਕਿ ਇਸ ਇਨਕੁਆਇਰੀ ਤੋਂ ਬਚਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਅਭਿਸ਼ੇਕ, ਦੂਜੇ ਪਾਸੇ VIP ਟ੍ਰੀਟਮੈਂਟ ਵੀ ਦਿੱਤਾ ਗਿਆ, ਇੱਕ ਸਟਾਰ ਦੀ ਤਰ੍ਹਾਂ ਉਹਨਾਂ ਨੂੰ ਥਾਣੇ 'ਚ ਅੰਦਰ ਲਿਆਂਦਾ ਗਿਆ ਤੇ ਬਕਾਇਦਾ ਉਸ ਤਰ੍ਹਾਂ ਦਾ ਬਿਹੇਵ ਕੀਤਾ ਗਿਆ। ਬਿਲਕੁਲ, ਇੱਕ ਜਿਹੜਾ ਫੇਮਸ ਸਿੰਗਰ ਹੁੰਦੇ ਹੋਏ ਉਹਨੂੰ ਜਿਹੜਾ ਕਿ ਬੜੇ ਕਿ ਅਦਰ ਸਤਿਕਾਰ ਦੇ ਨਾਲ ਅੰਦਰ ਲਿਆਇਆ ਜਾਂਦਾ ਹੈ, ਉਹਨੂੰ ਬਿਠਾਇਆ ਜਾਂਦਾ ਤੇ ਨਾਲ ਉਸ ਤੋਂ ਜਿਹੜੀ ਇਨਕੁਆਇਰੀ ਕੀਤੀ ਜਾਂਦੀ ਹੈ ਤੇ ਉਹ ਵੀ ਆਪਣੇ VIP ਟ੍ਰੀਟਮੈਂਟ ਜਿਹੜਾ ਹੈਗਾ ਉਹਨੂੰ ਦਿੱਤਾ ਜਾਂਦਾ ਹੈ। ਉਹ ਵੀ ਆਪਣੇ ਆਪ ਦੇ ਵਿੱਚ ਬੜੇ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਉਹ ਖੜੇ ਕਰਦਾ ਹੈ ਜੀ। ਅਭਿਸ਼ੇਕ, ਕੋਈ ਇਨਸਾਈਡ ਸਟੋਰੀ ਤੁਹਾਡੇ ਕੋਲ, ਮਤਲਬ ਕਿਸ ਤਰ੍ਹਾਂ ਦੇ ਸਵਾਲਾਤ ਰਹੇ, ਕੀ ਕੁਛ ਕਿਹਾ ਸਿੱਧੂ ਮੂਸੇਵਾਲਾ ਨੂੰ, ਸਿੱਧੂ ਮੂਸੇਵਾਲਾ ਨੇ ਉਸ ਮੁਤਾਲਿਕ? ਸਿੱਧੂ ਮੂਸੇਵਾਲਾ ਨੇ ਉਹਨਾਂ ਨੂੰ ਦੱਸਿਆ ਕਿ ਇਹ ਗਾਣਾ ਕਿਸੇ ਹੋਰ ਦਾ ਲਿਖਿਆ ਹੋਇਆ ਸੀਗਾ ਤੇ ਨਾਲ ਜਿਹੜੇ ਕਿ ਬੋਲ ਉਹਨਾਂ ਦੇ ਨੇ, ਲੇਕਿਨ ਸਿਰਫ ਜਿਹੜਾ ਰਿਟਨ ਹੈ ਉਹ ਜਿਹੜਾ ਰਾਈਟਰ ਹੈ ਉਹਦਾ ਹੋਰ ਹੈ ਤੇ ਲੇਕਿਨ ਕਿਤੇ ਨਾ ਕਿਤੇ ਜਿਹੜਾ ਕਿ ਇਹ ਗਾਣੇ ਦੇ ਵਿੱਚ ਜਿਹੜਾ ਦਰਸਾਉਂਦਾ, ਦ੍ਰਿਸ਼ ਦਿਖਾਉਂਦਾ ਕਿ ਜਿੱਦਾਂ ਕਿ ਉਹਦੇ ਬੋਲ ਜਿਹੜੇ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਜਿਹੜੇ ਹੈਗੇ ਨੇ ਬੜੇ ਅਹਿਮੀਅਤ ਰੱਖਦੇ ਨੇ ਜੀ। ਬਿਲਕੁਲ, ਕੀ ਉਸ ਕੰਟੈਂਟ ਨੂੰ ਹਟਾਇਆ ਵੀ ਜਾ ਸਕਦਾ ਜਾਂ ਫਿਰ ਹਟਾਉਣ ਲਈ ਦਬਾਅ ਬਣਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ? ਇਨਕੁਆਇਰੀ ਦਾ ਵਿਸ਼ੇ ਬਣਾ ਕੇ ਇਸ ਮਾਮਲੇ ਨੂੰ ਠੰਡਾ ਕਰ ਦਿੱਤਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਇਨਕੁਆਇਰੀ ਦਾ ਇਹ ਮਾਮਲਾ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਦੱਸ ਕੇ ਇਹਨੂੰ ਮਾਮਲੇ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੇ ACP ਜਸ਼ਨਦੀਪ ਗਿੱਲ ਉੱਤੇ ਬੜੇ ਵੱਡੇ ਸਵਾਲ ਜਿਹੜੇ ਹੈਗੇ ਨੇ ਉਹ ਖੜੇ ਹੁੰਦੇ ਨੇ, ਕਿਉਂਕਿ ਜਿਸ ਤਰ੍ਹਾਂ ACP ਜਸ਼ਨਦੀਪ ਗਿੱਲ ਦੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਉਹ ਮੀਡੀਆ ਨਾਲ ਬਸਲੂਕੀ ਹੋਣਾ, ਮੀਡੀਆ ਨੂੰ ਧੱਕੇ ਮਾਰਨਾ। ਆਖਰੀ ਸਵਾਲ, ਸਿੱਧੂ ਮੂਸੇਵਾਲਾ ਦੇ ਨਾਲ ਕਿਸੇ ਹੋਰ ਸਿੰਗਰ ਦੀ ਵੀ ਪੇਸ਼ੀ ਸੀ ਕੀ ਅੱਜ? ਨਹੀਂ, ਅੱਜ ਉਹਦੀ ਪੇਸ਼ੀ ਨਹੀਂ ਸੀ, ਅੱਜ ਕੱਲ ਜਿਹੜਾ ਹੈਗਾ ਹੈ ਕਿ ਇੱਕ ਹੋਰ ਸਿੰਗਰ ਹੈਗੇ ਨੇ ਜੀ, ਉਹਨਾਂ ਦੀ ਵੀ ਜਿਹੜੀ ਹੈਗੀ ਉਹ ਪੇਸ਼ੀ ਦੱਸ, ਮਨਕੀਰ ਔਲਖ ਜਿਹੜੇ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ ਵੀ ਪੇਸ਼ੀ ਹੋ ਸਕਦੀ ਹੈ, ਉਹਨਾਂ ਦਾ ਵੀ ਬਾਰੇ। ਠੀਕ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ ਅਭਿਸ਼ੇਕ ਬੈਲ, ਸਾਡੇ ਪੱਤਰਕਾਰ ਸਨ, ਜਾਣਕਾਰੀ ਦੇ ਰਹੇ ਸਨ। ਤੇ ਫਿਲਹਾਲ ਸਿੱਧੂ ਮੂਸੇਵਾਲਾ ਅੱਜ ਪੇਸ਼ ਹੋਇਆ ਐਸਪੀ ਦਫ਼ਤਰ 'ਚ। ਸਤਿ ਸ਼੍ਰੀ ਅਕਾਲ ਜੀ, ਲਿਵਿੰਗ ਇੰਡੀਆ ਨਿਊਜ਼, ਤੁਸੀਂ ਵੇਖ ਰਹੇ ਜੀ, ਮੈਂ ਅਮਰ। ਤਾਜ਼ਾ ਤਰੀਨ ਖ਼ਬਰਾਂ ਦੇ ਨਾਲ ਮੁੜ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ।